ਜਿਹੜੀ ਹੈ ਹੰਕਾਰ ਨਹੀਂ ਕਰਨਾ, ਕਿਸੇ ਦੇ ਘਰ ਮੁੜੇ ਜਾ ਕੇ ਲਲਕਾਰਾ ਨਹੀਂ ਮਾਰਨਾ। ਆਪਣੇ ਵਲੰਟੀਅਰਾਂ ਨੂੰ ਵੀ ਕਹਿ ਦਿਓ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤੁਸੀਂ ਉਹਨਾਂ ਦੇ ਵੀ ਐਮ ਐਲ ਏ। ਇਸ ਕਰਕੇ ਕੋਈ ਇਹ ਨਹੀਂ ਕਰਨਾ ਕਿ ਇਸ ਪਿੰਡ 'ਚੋਂ ਮੈਨੂੰ ਘਟੀਆਂ ਸੀ, ਮੈਂ ਇਸ ਪਿੰਡ ਦਾ ਇਹ ਨਹੀਂ ਕਰੂੰਗਾ, ਉਹ ਨਹੀਂ ਕਰੂੰਗਾ। ਨਾ, ਪੰਜਾਬੀਆਂ ਦੇ ਐਮ ਐਲ ਏ, ਸਰਕਾਰ ਪੰਜਾਬੀਆਂ ਨੇ ਬਣਾਈ ਹੈ। ਅੱਜ ਮੈਂ ਜਦੋਂ ਦਿੱਲੀ ਜਾ ਰਿਹਾ ਸੀ ਤਾਂ ਟੀ ਵੀ 'ਤੇ ਆ ਗਿਆ ਹੋਣਾ ਕਿ ਸੰਗਰੂਰੋਂ ਜਾ ਰਹੇ ਸੀ ਰਾਘਵ ਮੇਰੇ ਨਾਲ ਸੀ, ਪਾਤੜਾਂ ਦੇ ਵਿੱਚ ਲੋਕ ਇਕੱਠੇ ਹੋ ਗਏ, ਹਾਰ ਪਹਿਨਾਉਣੀ ਸੀ। ਮੈਂ ਸ਼ੀਸ਼ਾ ਖੋਲ ਲਿਆ ਗੱਡੀ ਨੂੰ, ਹਾਰ ਪਹਿਨਾਏ। ਇੱਕ ਬੰਦੇ ਨੇ ਇੱਕ ਗੱਲ ਕਹੀ ਬਹੁਤ ਬਹੁਤ ਹੀ ਟੱਚਿੰਗ। ਉਹ ਕਹਿੰਦਾ ਜੀ ਮਾਨ ਸਾਹਿਬ, ਅਸੀਂ ਮਰੇ ਹੋਏ ਲੋਕ ਹਾਂ, ਸਾਨੂੰ ਜਿਉਂਦੇ ਕਰਨਾ। ਲਾਸ਼ਾਂ ਤੁਰੀਆਂ ਕਰਦੀਆਂ ਨੇ, ਇੱਜ਼ਤ ਹੀ ਨਹੀਂ ਹੁੰਦੀ ਕਿਸੇ ਦੀ। ਜਦੋਂ ਮਰਜ਼ੀ ਪਰਿਵਾਰੀ ਝਿੜਕ ਦਿੰਦਾ, ਜਦੋਂ ਮਰਜ਼ੀ ਕੋਈ ਅਫਸਰ ਝਿੜਕ ਦਿੰਦਾ, ਜਦੋਂ ਮਰਜ਼ੀ ਪੁਲਿਸ ਵਾਲਾ ਥੱਪੜ ਮਾਰ ਦਿੰਦਾ, ਪਰਿਵਾਰ ਦੇ ਸਾਹਮਣੇ ਬੱਚਾ ਸਾਹਮਣੇ ਇੱਜ਼ਤ ਦੇ ਗਏ। ਕੋਈ ਪਰਚਾ ਕਲਚਰ 'ਚ ਨਹੀਂ ਪੈਣਾ ਕਿਰਪਾ ਕਰਕੇ। ਕਿਸੇ ਨੇ ਮੈਨੂੰ ਉਹਨੇ ਕਿਹਾ ਸੀ ਇਹਦੇ ਪਰਚਾ ਕਰੋ, ਉਹਨੂੰ ਮਾਫ਼ ਕਰ ਦਿਓ ਯਾਰ। ਠੀਕ ਹੈ ਭਰਾਵਾ, ਤੈਨੂੰ ਜਾਣ ਕਿਹਾ ਸੀ, ਤੈਨੂੰ ਲੋਕਾਂ ਨੇ ਜਵਾਬ ਦਿੱਤਾ। ਇੱਕ ਮੇਰੀ ਹੋਰ ਬਹੁਤ ਇੰਪੋਰਟੈਂਟ ਗੱਲ ਹੈ, ਔਰ ਇਹ 'ਤੇ ਮੈਂ ਬਹੁਤ ਸਟ੍ਰਿਕਟ ਰਹੂੰਗਾ। ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਰਿਹਾ, ਪਹਿਲਾਂ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਜਿਹੜੇ ਇਲੈਕਟਡ ਸੀਗੇ, ਮੈਂ ਪਿਛਲੀ ਟੀਮ, ਹੁਣ ਵੀ ਤੁਹਾਨੂੰ ਇਲੈਕਟਡ ਨਹੀਂ ਕਰ। ਚੰਡੀਗੜ੍ਹ ਘੱਟ ਤੋਂ ਘੱਟ ਰਹਿਣਾ, ਉੱਥੇ ਜਾ ਕੇ ਕੰਮ ਕਰਨੇ ਜਿੱਥੇ ਜਾ ਕੇ ਆਪਾਂ ਵੋਟਾਂ ਮੰਗੀਆਂ ਸੀ। ਵੋਟਾਂ ਵੇਲੇ ਤਾਂ ਆਪਾਂ ਘਰ ਡੋਰ ਟੂ ਡੋਰ ਵੀ ਕਰ ਲੈਂਦੇ ਹਾਂ, ਸੱਥਾਂ 'ਚ ਵੀ ਜਾਂਦੇ ਹਾਂ, ਜਿੱਤ ਕੇ ਇਹ ਨਹੀਂ ਕਹਿਣਾ ਲੋਕਾਂ ਨੂੰ ਹੁਣ ਤੁਸੀਂ ਮੈਨੂੰ ਮਿਲਣ ਚੰਡੀਗੜ੍ਹ ਆਓ। ਉਹ 500 ਗੱਡੀਆਂ ਲੈ ਕੇ ਆਉਣਗੇ ਸਾਰੇ ਪੰਜਾਬ 'ਚੋਂ ਤੁਹਾਨੂੰ ਮਿਲਣ ਲਈ, ਤੁਸੀਂ 2 ਦਿਨ ਲੈ ਕੇ ਜਾਣੀਆਂ ਨੇ। ਘੱਟ ਤੋਂ ਘੱਟ ਚੰਡੀਗੜ੍ਹ ਰਹਿਣਾ। ਸਰਕਾਰ ਪਿੰਡਾਂ 'ਚੋਂ ਚੱਲੂਗੀ, ਵਾਰਡਾਂ 'ਚੋਂ ਚੱਲੂਗੀ, ਮੁਹੱਲਿਆਂ 'ਚੋਂ ਚੱਲੂਗੀ। ਜਾ ਕੇ ਬੈਠੋ, 4-4, 5-5 ਪਿੰਡਾਂ ਦਾ ਇਕੱਠ ਕਰੋ, ਬੈਠੋ, ਬੜਾ ਵਧੀਆ ਮੰਜਾ ਲੱਗੂਗਾ। ਪੁਰਾਣਾ ਟਾਈਮ ਯਾਦ ਆਊ ਲੋਕਾਂ ਨੂੰ ਕਿ ਅਸੀਂ ਆਉਂਦੇ ਹੁੰਦੇ ਸੀ ਪਹਿਲਾਂ ਯਾਰ। ਚਾਹ ਪੀਓ, ਲੋਕਾਂ ਨਾਲ ਗੱਲਾਂ ਕਰੋ, ਉਹਨਾਂ ਦੇ ਦੁੱਖ ਸੁੱਖ ਉਹਦੇ ਅਫਸਰਾਂ ਨਾਲ ਲੈ ਕੇ ਜਾਓ, ਉਹਨਾਂ ਦੇ ਉੱਥੇ ਹੀ ਫੈਸਲੇ ਹੱਲ ਕਰੋ। ਨਹੀਂ ਜਾ ਸਕਦੇ ਯਾਰ ਉਹ ਤਹਿਸੀਲਾਂ ਕਚਹਿਰੀਆਂ 'ਚ ਜਾ ਕੇ, ਥੱਕ ਚੁੱਕੇ ਨੇ ਉਹ, ਅੱਕ ਚੁੱਕੇ ਨੇ ਉਹ, ਚਿੱਟੀਆਂ ਦਾੜੀਆਂ ਹੋ ਗਈਆਂ, ਜੁੱਤੀਆਂ ਘਸ ਗਈਆਂ। ਮੰਗਲਵਾਰ ਨੂੰ ਆਇਓ, ਬੁੱਧਵਾਰ ਨੂੰ ਆਇਓ, ਵੀਰਵਾਰ ਨੂੰ ਆਇਓ, ਤੁਸੀਂ ਮੰਗਲਵਾਰ ਬੁੱਧਵਾਰਾਂ ਨੂੰ ਪਿੰਡਾਂ 'ਚ ਲੈ ਕੇ ਜਾਓ ਆਪਣੇ ਨਾਲ। ਕਿਆ ਕਰਦੇ ਜਿਹੜਾ ਵੀ ਅਫਸਰ ਕਹਿੰਦਾ ਮੈਂ ਨਹੀਂ ਜਾਣਾ, ਉਹਨੂੰ ਕਹਿੰਦਾ ਤੂੰ ਚੰਡੀਗੜ੍ਹ ਆ ਰਿਹਾ। ਪਬਲਿਕ ਜਾਓਗੇ ਤਾਂ ਪਬਲਿਕ ਸਰਵੈਂਟ ਕਹਾਉਂਗੇ। ਕੋਈ ਭੇਦਭਾਵ ਨਹੀਂ ਰੱਖਣਾ, ਲੋਕਾਂ ਨੇ ਇੰਨਾ ਵੱਡਾ ਮੌਕਾ ਦਿੱਤਾ। ਕੋਈ ਜੇ ਆਪਾਂ ਕੋਈ ਆਪਦਾ ਨਿੱਜੀ ਵੀ ਕਰਾਂਗੇ ਨਾ ਕੁਛ ਵੀ, ਪਬਲਿਕ ਵਿਰੋਧ ਕਰੋਗੇ। ਦੇਖ ਲਓ ਜਿਹੜੇ ਆਪਾਂ ਨੂੰ ਛੱਡ ਕੇ ਗਏ ਸੀਗੇ, ਪਬਲਿਕ ਨੇ ਨਹੀਂ ਵੜਨ ਦਿੱਤੇ ਉਹ।
ਉਹਨਾਂ ਨੂੰ ਦੋ ਤਿੰਨ ਤਾਂ ਟਿਕਟਾਂ ਵੀ ਮਿਲੀਆਂ ਸੀ ਵੱਡੀਆਂ ਪਾਰਟੀਆਂ ਵੱਲੋਂ, ਨਹੀਂ। ਸੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਵੀ ਇਹੀ ਮੈਸੇਜ ਹੈ, ਸਕੂਲ, ਹਸਪਤਾਲ, ਬਿਜਲੀ, ਇੰਡਸਟਰੀ ਸਾਰਿਆਂ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਜ਼ਿੰਮੇਵਾਰੀ ਮਿਲੂਗੀ। 17 ਪਲੱਸ ਸੀਐਮ ਆਪਾਂ ਮਿਨਿਸਟਰ ਬਣਾ ਸਕਦੇ ਹਾਂ। ਕਿਰਪਾ ਕਰਕੇ ਬਾਕੀ ਦੇ 75 ਜਿਹੜੇ ਨੇ ਉਹ ਇਸ ਗੱਲ ਦਾ ਗੁੱਸਾ ਨਾ ਕਰਨ ਕਿ ਮੈਨੂੰ ਐ ਨਹੀਂ ਤੁਸੀਂ ਸਾਰੇ ਮਿਨਿਸਟਰ ਹੋ ਮੇਰੇ ਲਈ, ਜਿਹਦੇ ਕੋਲ ਮਰਜ਼ੀ ਚੱਲ ਜਾਓ, ਜਿਹਦੇ ਕੋਲ ਮਰਜ਼ੀ ਚੱਲ ਜਾਓ ਮਿਨਿਸਟਰ, ਸਾਈਨ ਉਹਦੇ ਨੇ, ਕੰਮ ਤੁਹਾਡੇ ਨੇ, ਕੰਮ ਪਬਲਿਕ ਦੇ। ਉਮੀਦਾਂ ਬਹੁਤ ਜ਼ਿਆਦਾ ਵੱਧ ਗਈਆਂ ਲੋਕਾਂ ਦੀਆਂ। ਸਚਿਨ ਤੇਂਦੁਲਕਰ ਤੋਂ ਹਰ ਮੈਚ ਸੈਂਚਰੀ ਦੀ ਉਮੀਦ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਤੋਂ ਉਮੀਦ ਹੋਊਗੀ। ਅੱਜ ਜ਼ਿੰਦਗੀ ਬਦਲਣਗੇ, ਕੱਲ੍ਹ ਨੂੰ ਬਦਲਣਗੇ, ਪਰਸੋਂ ਨੂੰ ਬਦਲਣਗੇ, ਆਪਾਂ ਨੂੰ ਡੇ ਵਾਈਜ਼ ਚੱਲਣਾ ਹੋਊਗਾ, ਮਹੀਨਾ ਜਾਂ ਸਾਲ ਵਾਈਜ਼ ਨਹੀਂ ਚੱਲ ਸਕਦੇ ਆਪਾਂ, ਡੇ ਵਾਈਜ਼ ਕਿ ਅੱਜ ਆਪਾਂ ਨੇ ਆਹ ਕਰਨਾ ਹੀ ਕਰਨਾ, ਕੱਲ੍ਹ ਨੂੰ ਆਪਾਂ ਨੇ ਇਹ ਕਰਨਾ ਹੀ ਕਰਨਾ। ਅਤੇ ਸ਼ਾਇਦ ਮੇਰੇ ਖਿਆਲ 'ਚ ਤੁਹਾਨੂੰ ਮਾਰਜਨ ਵੀ ਨਹੀਂ ਪਤਾ ਹੋਣਾ ਕਿੰਨੇ ਕਿੰਨੇ ਦੇ ਜਿੱਤੇ ਹੋ। ਪਬਲਿਕ ਨੇ ਵੋਟਾਂ ਪਾਈਆਂ ਨੇ, ਕਹਿੰਦੇ ਅਸੀਂ ਇਹਨਾਂ ਨੂੰ ਪਾਉਣਾ ਜਾਂ ਕਰ ਲਓ ਕੀ ਕਰਦੇ। ਵੱਡੇ ਬਾਦਲ ਸਾਹਿਬ ਹਾਰ ਗਏ, ਸੁਖਬੀਰ ਬਾਦਲ ਹਾਰ ਗਿਆ, ਆਦੇਸ਼ ਪ੍ਰਤਾਪ ਕੈਰੋਂ ਹਾਰ ਗਿਆ, ਸਿੱਧੂ ਅਤੇ ਮਜੀਠੀਆ ਹਾਰ ਗਏ, ਚੰਨੀ ਦੋਨੇ ਜਗ੍ਹਾ ਤੋਂ ਹਾਰ ਗਿਆ, ਕੈਪਟਨ ਅਮਰਿੰਦਰ ਹਾਰ ਗਿਆ, ਰਜਿੰਦਰ ਕੌਰ ਭੱਠੜ ਹਾਰ ਗਈ, ਮਲੂਕਾ ਹਾਰ ਗਿਆ, ਕਾਂਗੜ ਹਾਰ ਗਿਆ, ਰਾਜਕੁਮਾਰ ਵੇਕ, ਮਤਲਬ ਜਿੱਤਣ ਵਾਲਿਆਂ ਦੇ ਨਾਂ ਛੇਤੀ ਲਏ ਜਾਣਗੇ ਕਿਉਂਕਿ 10-12 ਹੀ ਨੇ, ਹਾਰ ਗਿਆ ਨੇ ਤਾਂ ਬਹੁਤ ਲੰਬੀ ਲਿਸਟ ਹੈ ਫਿਰ, ਇਹ ਕਿਹਨੇ ਹਰਾਏ ਨੇ, ਨਾ ਭਗਵੰਤ ਮਾਨ ਨੇ, ਨਾ ਆਪਾਂ ਸਾਰਿਆਂ ਨੇ, ਪਬਲਿਕ ਨੇ ਹਰਾਏ ਨੇ। ਆਪਾਂ ਤਾਂ ਮੈਸੇਂਜਰ ਸੀਗੇ, ਆਪਾਂ ਤਾਂ ਕਹਿੰਦੇ ਸੀ ਵੀ ਐਂ ਕਰ ਦਿਓ ਯਾਰ ਬੜਾ ਵਧੀਆ ਹੋ ਜੂਗਾ, ਉਹਨਾਂ ਨੇ ਐਂ ਕਰਤਾ, ਅਤੇ ਫਿਰ ਹੁਣ ਆਪਾਂ ਉਹਨਾਂ ਨਾਲ ਦੇਖੋ, ਆਪਾਂ ਗਰੰਟੀਆਂ ਦਿੱਤੀਆਂ, ਗਰੰਟੀਆਂ ਤੋਂ ਵੱਧ ਕਰਕੇ ਦਿਖਾਉਣਾ ਲੋਕਾਂ ਨੇ, ਇਹਦੀ ਤਾਂ ਗਰੰਟੀ ਵੀ ਨਹੀਂ ਦਿੱਤੀ ਸੀ ਤੁਸੀਂ, ਅਸੀਂ ਕਹਾਂਗੇ ਕੋਈ ਗੱਲ ਨਹੀਂ ਸਾਡੇ ਕੋਲ ਪੈਸੇ ਹੈਗੇ ਅਸੀਂ ਆਦਿ ਕਰਨਾ। ਸਹਿਯੋਗ ਚਾਹੀਦਾ ਸਾਰਿਆਂ ਦਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਕਹਿੰਦੇ ਸੀ ਭਗਵੰਤ ਮਾਨ ਅਨਾਊਂਸ ਨਹੀਂ ਕਰਦੇ, ਜਦੋਂ ਕਰਤਾ ਕਹਿੰਦੇ ਐਂ ਥੋੜ੍ਹੀ ਕਰਦੇ ਹੁੰਦੇ ਨੇ, ਅਤੇ ਹੁਣ ਕਹਿੰਦੇ ਉਹ ਤੋਂ ਚੱਲਣੀ ਨਹੀਂ, ਇਹ ਤਾਂ ਇਹੀ ਕਹੀ ਜਾਣਗੇ 5 ਸਾਲ, 10 ਸਾਲ, 15 ਸਾਲ ਇਹੀ ਕਹੀ ਜਾਣਗੇ। ਸੀਐਮ ਸਾਹਿਬ ਨੇ ਲਿਖ ਕੇ ਦਿੱਤਾ ਸੀਗਾ ਟੀਵੀ 'ਤੇ ਕਿ ਚੰਨੀ ਦੋਨੇ ਜਗ੍ਹਾ ਤੋਂ ਹਾਰੂਗਾ, ਹਾਰ ਗਿਆ। ਮੇਰੇ ਵੀ 32 ਦੰਦ ਨੇ, ਸੀਐਮ ਦੇ 32 ਦੰਦ ਨੇ, 64 ਹੋ ਗਏ। ਸੋ 64 ਦੰਦਾਂ ਨਾਲ ਇਹਨੂੰ ਪੰਗਾ ਨਹੀਂ ਲੈਣਾ ਚਾਹੀਦਾ। ਅਸੀਂ ਪੰਜਾਬ ਪ੍ਰੋ ਪੰਜਾਬ ਹਾਂ, ਬਹੁਤ ਸਾਰੀਆਂ ਸਕੀਮਾਂ ਦਿੱਲੀ ਤੋਂ ਗਾਈਡਲਾਈਨ ਮੁਤਾਬਕ ਆਉਣਗੀਆਂ ਕਿ ਆਹ ਕਿਵੇਂ ਕਿਵੇਂ ਤੁਸੀਂ ਕਿਵੇਂ ਕੀਤਾ ਜੀ, ਆਪਾਂ ਵੀ ਕਰਨਾ ਚੰਗੀ ਚੀਜ਼ ਦੀ ਸਲਾਹ ਜਿੱਥੋਂ ਮਰਜ਼ੀ ਮਿਲ ਜੇ, ਮੱਧ ਪ੍ਰਦੇਸ਼ ਤੋਂ ਮਿਲ ਜੇ ਕੋਈ, ਆਹ ਕਿਵੇਂ ਕਰਤਾ ਜੀ, ਬਹੁਤ ਸਾਰੀਆਂ ਸਲਾਹਾਂ ਇੱਥੋਂ ਜਾਣਗੀਆਂ ਕਿ ਤੁਸੀਂ ਆਹ ਕਿਵੇਂ ਕਰਤਾ, ਕਿਵੇਂ ਐਂ ਕਰਤਾ,
ਆਪਣਾ ਮਕਸਦ ਹੈ ਦੇਸ਼। ਚੰਦਰਸ਼ੇਖਰ ਆਜ਼ਾਦ ਯੂਪੀ ਤੋਂ ਸੀ, ਅਸ਼ਫਾਕ ਉੱਲਾ ਯੂਪੀ ਤੋਂ ਸੀ, ਸ਼ਹੀਦ ਆਜ਼ਮ ਪੰਜਾਬ ਤੋਂ ਸੀ, ਸੁਭਾਸ਼ ਚੰਦਰ ਬੋਸ ਬੰਗਾਲ ਤੋਂ ਸੀ, ਪਰ ਮਕਸਦ ਕੀ ਸੀ? ਦੇਸ਼ ਨੂੰ ਮਕਸਦ ਮੰਨ ਕੇ ਚੱਲਣਾ। ਜਿੱਥੋਂ ਮਰਜ਼ੀ ਚੰਗੀ ਚੀਜ਼ ਸਿੱਖਣੀ ਪੈ ਜੇ, ਆਈਡੀਆਜ਼ ਮੇਰੇ ਕੋਲ ਲੈ ਕੇ ਆਓ। ਇਹ ਨਹੀਂ ਹੈਗਾ ਜ਼ਰੂਰੀ ਕਿ ਤੁਸੀਂ ਜਦੋਂ ਮਰਜ਼ੀ ਆਓ ਮੈਨੂੰ ਆਈਡੀਆ ਦੱਸੋ ਕਿ ਇਹਦੇ ਨਾਲ ਐਂ ਹੋ ਗਿਆ, ਇਹਦੇ ਨਾਲ ਹੋ ਸਕਦਾ। ਪਬਲਿਕ ਵੀ ਬਹੁਤ ਸਾਰੇ ਆਈਡੀਆ ਦਿੰਦੀ ਹੈ, ਲੈ ਕੇ ਆਓ, ਲਾਗੂ ਕਰਾਂਗੇ। ਉਹਦੇ 'ਚ ਕੋਈ ਥੋੜ੍ਹਾ ਅਮੈਂਡਮੈਂਟ ਹੋ ਜਾਊਗੀ, ਪਰ ਲਾਗੂ ਕਰਾਂਗੇ। ਸੋ ਮੇਰੇ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ 91 ਦੇ 91, ਕਿਉਂਕਿ 92 ਤਾਂ ਮੈਂ ਆ ਨਾ, 91 ਦੇ 91 ਨੂੰ ਬਹੁਤ 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 ਜ਼ਿਆਦਾ ਮੁਬਾਰਕਬਾਦ। ਬਹੁਤ ਵੱਡੀ ਗੱਲ ਹੋਣ ਲੱਗੀ ਹੈ, ਆਮ ਕਰਾ ਦਿੱਤੀਆਂ ਪੁੱਤ, ਸਰਕਾਰਾਂ ਚਲਾਉਣਗੇ ਅਤੇ ਚਲਾ ਕੇ ਦਿਖਾਉਣੀਆਂ ਨੇ ਬਸ, ਬਾਕੀਆਂ ਨੇ ਲੋਕਾਂ ਨੇ ਤੰਗ ਕਰਨ ਵਾਲੇ ਲੋਕਾਂ ਨੇ ਰਿਟਾਇਰ ਕੀਤਾ। ਇਨਕਲਾਬ